ਛੀੜੀ ਮਾਂ ਦਾ ਸ਼ੇਰ ਫੇਰ ਗੱਜਿਆ ਬੱਦਲ ਵਾਂਗ ਰਕਤ ਬਹਾਏ ਤੇ ਹਿੰਦ ਦੇ ਗੱਦਾਰ ਦਾ ਕਾੜ ਕਾੜ ਫੈਰ ਕੀਤੇ ਕਾਲਜੇ ਨੂੰ ਸਿੰਨ ਸਿੰਨ ਸੂਰਜ ਛਪਾਤਾ ਅਡਵੈਰ ਦਗੇ ਦਾਰ ਦਾ ਹੱਥ ਪਸਤੌਲ ਹੌਲ ਪੈ ਗਏ ਵਿਦੇਸ਼ੀਆਂ ਦੇ ਹਿੰਦ ਜਿੰਦਾਬਾਦ ਹੋ ਆਜ਼ਾਦ ਨਾਰੇ ਮਾਰਦਾ ਭਾਰਤ ਵਰਸ ਮੇਂ ਜਨਮ ਜੀ ਦਾ ਜਗਨਨਾਥ ਕਰਿਆ ਪ੍ਰਣ ਖੂਨ ਲਿਆ ਸਰਕਾਰ ਦਾ ਸ਼ਹਿਰ ਸਨਾਮ ਨਾਮ ਆਖਦੇ ਊਧਮ ਸਿੰਘ ਦੇਸ਼ ਦੇ ਪੁਜਾਰੀ ਅਸੀਂ ਹਿੰਦੁਸਤਾਨ ਦੇ ਭੁੱਖ ਦੁੱਖ ਕੈਦ ਕੱਟੀ ਲੰਡਨ ਸ਼ਹਿਰ ਆਇਆ 21 ਸਾਲ ਹੋਏ ਪਿੱਛੇ ਇਸ ਬੇਈਮਾਨ ਦੇ ਪਾਲਈ ਪੁਸ਼ਾਕ ਲੈ ਕੇ ਇੱਕ ਅੰਗਰੇਜ਼ ਕੋਲੋਂ ਨਾਲ ਪਸਤੌਲ ਰੌਂਦ ਮੁਲਕ ਜਾਪਾਨ ਦੇ ਅੱਜ ਦੇ ਸਮੇਂ ਨੂੰ ਜਗਨਨਾਥ ਮੈਂ ਉਡੀਕਦਾ ਸੀ ਪੈਰਾਂ ਵਿੱਚ ਲੋਥ ਪਈ ਭਾਰਤੀ ਜਵਾਨ ਦੇ ਅੱਜ ਜਲੀਆਂ ਵਾਲੇ ਬਾਗ 'ਚ ਡੁੱਲੇ ਖੂਨ ਦਾ ਬੇਦੋਸ਼ੇ ਭੈਣ ਭਰਾਵਾਂ ਦਾ ਮੈਂ ਬਦਲਾ ਚੁਕਾ ਹੀ ਲਿਆ 21 ਸਾਲ ਤੋਂ ਮੇਰੀ ਰੂਹ ਇਸ ਜ਼ਾਲਮ ਨੂੰ ਪਾਲਦੀ ਫਿਰਦੀ ਸੀ ਅੱਜ ਮੈਂ ਬੜਾ ਖੁਸ਼ ਹਾਂ ਮੁਕੱਦਮਾ ਦਲੀਲਾਂ ਅਪੀਲਾਂ ਤੇ ਸਾਰੀ ਕਾਰਵਾਈ ਤੋਂ ਬਾਅਦ 31 ਜੁਲਾਈ 1940 ਨੂੰ ਫਾਂਸੀ ਦੇਣ ਦਾ ਹੁਕਮ ਹੋ ਗਿਆ। ਜੇਲ੍ਹ ਵਿੱਚੋਂ ਸਰਦਾਰ ਊਧਮ ਸਿੰਘ ਜੀ ਨੇ ਆਪਣੇ ਪਿਆਰੇ ਭਾਰਤ ਵਾਸੀਆਂ ਨੂੰ ਇੱਕ ਚਿੱਠੀ ਲਿਖੀ।
बच्चा बच्चा आखदा लंडन शहर दा लावा दा लगन कल नू दुपहर दा ओ जानी मात लाड़े नू व्याई पत्ते दादी मेरे देश नू मदाई पत्ते मदाई पत्ते बधाई पाती है बधाई पाती।